ਜਦੋਂ ਕਿ ਦੇਸ਼ ਜਿਹੜਾ ਹੈ ਉਹ ਗਾਂਧੀ ਪਰਿਵਾਰ ਤੋਂ ਤੰਗ ਆਇਆ ਪਿਆ। ਅੱਜ ਜੇ ਧਰਮ ਦੇ ਨਾਂ 'ਤੇ, ਜਾਤ ਦੇ ਨਾਂ 'ਤੇ, ਇਲਾਕਿਆਂ ਦੇ ਨਾਂ 'ਤੇ ਲੜਾਈਆਂ ਹੋ ਰਹੀਆਂ ਨੇ, ਉਹਦੀ ਜਿਹੜੀ ਜੜ੍ਹ ਆ ਉਹ ਕਾਂਗਰਸ ਆ। ਕਾਂਗਰਸ ਦੀ ਬਰਬਾਦੀ ਅਤੇ ਕਾਂਗਰਸ ਦੀ ਤਬਾਹੀ ਦਾ ਜਿਹੜਾ ਵੱਡਾ ਕਾਰਨ ਆ ਉਹ ਸਭ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਜੱਗ ਜ਼ਾਹਰ ਕਰਤਾ ਔਰ ਇਹ ਸਾਬਤ ਕਰਤਾ। ਸਭ ਪ੍ਰਤਾਪ ਸਿੰਘ ਬਾਜਵਾ ਨੇ ਡਾਕਟਰ ਮਨਮੋਹਨ ਸਿੰਘ ਬਣੇ ਜਾਂ ਨਰਸਿਮਹਾ ਰਾਓ ਹੀ ਬਣੇ, ਇਹਨਾਂ ਨੂੰ ਇਹ ਫਰਜ਼ੀ ਪ੍ਰਧਾਨ ਮੰਤਰੀ ਉਹ ਮੰਨਦੇ ਨੇ, ਅਸਲੀ ਪ੍ਰਧਾਨ ਮੰਤਰੀ ਇਹ ਗਾਂਧੀ ਪਰਿਵਾਰ ਨੂੰ ਮੰਨਦੇ ਨੇ। ਅੱਜ ਪੰਜਾਬ ਵਿਧਾਨ ਸਭਾ ਵਿੱਚ ਆਪੋਜੀਸ਼ਨ ਦੇ ਨੇਤਾ ਸਭ ਪ੍ਰਤਾਪ ਸਿੰਘ ਬਾਜਵਾ ਦਾ ਚਮਚਾਗਿਰੀ ਦੀ ਇੰਤਹਾ ਕਰਨਾ ਔਰ ਰਾਹੁਲ ਗਾਂਧੀ ਜੀ ਦੀ ਹਾਜ਼ਰੀ ਵਿੱਚ ਡਾਕਟਰ ਮਨਮੋਹਨ ਸਿੰਘ ਵਰਗੇ ਪ੍ਰਧਾਨ ਮੰਤਰੀ ਜਿਹਦੀ ਕੇਵਲ ਕਾਂਗਰਸ ਵਿੱਚ ਨਹੀਂ ਬਲਕਿ ਦੁਨੀਆ ਦੇ ਵਿੱਚ, ਦੇਸ਼ ਦੇ ਵਿੱਚ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਚੰਗਾ ਸਤਿਕਾਰ ਅਤੇ ਚੰਗੀ ਇੱਜ਼ਤ ਸੀ ਅਤੇ ਪੈਂਠ ਸੀ ਔਰ ਜਿਨ੍ਹਾਂ ਦੀ ਵਿਦਵਤਾ ਅਤੇ ਲਿਆਕਤ 'ਤੇ ਸਾਰਾ ਦੇਸ਼ ਮਾਣ ਕਰਦਾ ਔਰ ਖਾਸ ਤੌਰ 'ਤੇ ਪੰਜਾਬੀ ਭਾਈਚਾਰਾ ਅਤੇ ਸਿੱਖ ਕੌਮ ਗੌਰਵ ਕਰਦੀ ਆ, ਉਸ ਵਿਅਕਤੀ ਨੂੰ ਮਤਲਬ ਐਰ ਗੈਰ ਕਹਿਣਾ, ਉਸ ਵਿਅਕਤੀ ਨੂੰ ਇੱਕ ਫਰਜ਼ੀ ਪ੍ਰਧਾਨ ਮੰਤਰੀ ਦੇ ਤੌਰ 'ਤੇ ਰਾਹੁਲ ਗਾਂਧੀ ਦੀ ਹਾਜ਼ਰੀ 'ਚ ਪੇਸ਼ ਕਰਨਾ, ਮੈਂ ਸਮਝਦਾ ਇਹ ਤੋਂ ਵੱਡੀ ਚਮਚਾਗਿਰੀ, ਇਹ ਤੋਂ ਵੱਡੀ ਮੈਂ ਸਮਝਦਾ ਇੱਕ ਗੈਰਤਹੀਣ ਗੱਲ ਕੋਈ ਵਿਅਕਤੀ ਕਰ ਨਹੀਂ ਸਕਦਾ ਔਰ ਇਹ ਸਾਬਤ ਕਰਤਾ। ਸਭ ਪ੍ਰਤਾਪ ਸਿੰਘ ਬਾਜਵਾ ਨੇ ਬਿੱਲੀ ਥੈਲਿਓ ਬਾਹਰ ਕੱਢਤੀ ਕਿ ਜਿਹੜੇ ਡਾਕਟਰ ਮਨਮੋਹਨ ਸਿੰਘ ਬਣੇ ਜਾਂ ਨਰਸਿਮਹਾ ਰਾਓ ਹੀ ਬਣੇ, ਇਹਨਾਂ ਨੂੰ ਇਹ ਫਰਜ਼ੀ ਪ੍ਰਧਾਨ ਮੰਤਰੀ ਉਹ ਮੰਨਦੇ ਨੇ, ਅਸਲੀ ਪ੍ਰਧਾਨ ਮੰਤਰੀ ਇਹ ਗਾਂਧੀ ਪਰਿਵਾਰ ਨੂੰ ਮੰਨਦੇ ਨੇ, ਜਦੋਂ ਕਿ ਦੇਸ਼ ਜਿਹੜਾ ਹੈ ਉਹ ਗਾਂਧੀ ਪਰਿਵਾਰ ਤੋਂ ਤੰਗ ਆਇਆ ਪਿਆ। ਔਰ ਅੱਜ ਜੇ ਗਰੀਬ ਅਤੇ ਅਮੀਰ ਦਾ ਪਾੜਾ ਵਧਿਆ, ਅੱਜ ਜੇ ਹਿੰਦੁਸਤਾਨ ਦਾ 40% ਸਰਮਾਇਆ, 40% ਸਰਮਾਇਆ 1% ਲੋਕਾਂ ਦੇ, ਉਹਦੀ ਜੇ ਕੋਈ ਦੇਣ ਹੈ ਇਹ ਕੇਵਲ ਅਤੇ ਕੇਵਲ ਕਾਂਗਰਸ ਦੀ ਆ। ਅੱਜ ਜੇ ਧਰਮ ਦੇ ਨਾਂ 'ਤੇ, ਜਾਤ ਦੇ ਨਾਂ 'ਤੇ, ਇਲਾਕਿਆਂ ਦੇ ਨਾਂ 'ਤੇ ਲੜਾਈਆਂ ਹੋ ਰਹੀਆਂ ਨੇ, ਉਹਦੀ ਜਿਹੜੀ ਜੜ੍ਹ ਆ ਉਹ ਕਾਂਗਰਸ ਆ ਅਤੇ ਜਿਸ ਔਰ ਉਹਦਾ ਗਾਂਧੀ ਪਰਿਵਾਰ ਉਹਨੂੰ ਲੀਡ ਕਰਦਾ ਰਿਹਾ ਅਤੇ ਅੱਜ ਗਾਂਧੀ ਪਰਿਵਾਰ ਦੀ ਖੁਸ਼ਾਮਦੀ ਕਰਨੀ ਅਤੇ ਆਪਣਿਆਂ ਨੂੰ ਨਿੰਦਣਾ, ਮੈਂ ਸਮਝਦਾ ਬਹੁਤ ਮਾੜੀ ਗੱਲ ਕੀਤੀ ਆ। ਪੰਜਾਬੀਆਂ ਦੇ ਮਨਾਂ ਦੇ ਵਿੱਚ, ਖਾਸ ਤੌਰ 'ਤੇ ਖਾਲਸਾ ਪੰਥ ਅੰਦਰ, ਇਸ ਗੱਲ ਨੂੰ ਬਹੁਤ ਜ਼ਿਆਦਾ ਇੱਕ ਦੁਖਦਾਈ ਦੇ ਤੌਰ 'ਤੇ ਲਿਆ ਗਿਆ ਔਰ ਮੈਂ ਸਮਝਦਾ ਕਿ ਇਸ ਤਰ੍ਹਾਂ ਦੀ ਚਮਚਾਗਿਰੀ, ਇਸ ਤਰ੍ਹਾਂ ਦੀ ਖੁਸ਼ਾਮਦਗਿਰੀ ਇਹ ਕਾਂਗਰਸੀਆਂ ਦੀ ਜਿਹੜੀ ਆਦਤ ਆ ਉਹਦਾ ਹਿੱਸਾ ਔਰ ਇਸੇ ਕਰਕੇ ਕਾਂਗਰਸ ਤਬਾਹ ਹੋਈ ਆ। ਕਾਂਗਰਸ ਦੀ ਬਰਬਾਦੀ ਅਤੇ ਕਾਂਗਰਸ ਦੀ ਤਬਾਹੀ ਦਾ ਜਿਹੜਾ ਵੱਡਾ ਕਾਰਨ ਆ ਉਹ ਸਭ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਜੱਗ ਜ਼ਾਹਰ ਕਰਤਾ, ਜਿਸ ਤਰ੍ਹਾਂ ਦੀ ਚਮਚਾਗਿਰੀ ਅੱਜ ਦਿਖਾਈ ਆ।